हाँ जी, तबीयत ओके? नहीं निकलना, अगर मत्था लाओ से लेना 2 मिनट। ਇਹਨਾਂ ਨੇ ਜਿਸਮ ਇੱਦਾਂ ਦੇ ਨਹੀਂ ਬਣਾਇਆ ਵੀ ਆਪੇ ਹੀ ਨਿਕਲ ਜਾਵੇ, ਕੱਢਣਾ ਪੈਣਾ। ਇਹ ਭਾਈ ਹੈ ਤਾਂ ਤੇਰੇ ਹਿੱਲਣਾ ਨਹੀਂ ਹੈ, ਰੱਖਣਾ ਵੀ ਇੰਨੀ ਹੋਣੀ ਆ। ਮਜ਼ੇ ਦੀ ਗੱਲ ਹੋਰ ਆ ਜੀ ਫਰਾਨ ਭਾਈ ਜੀ ਜੀ, ਉਹ ਗਰਦਨ ਨੂੰ ਨਹੀਂ ਛੇੜਨਾ, ਖੂਨ ਨਹੀਂ ਛੇੜਨਾ, ਖੂਨ ਨਾਲ ਲਿਬੜ ਜਾਣਾ ਤੁਸੀਂ, ਹੁਣ ਸ਼ੁਰੂ ਹੋ ਗਿਆ। ਹਲਾਈ ਨਾ ਕਰਦਾ, ਤੂੰ ਮੱਥੇ ਥੱਲੇ ਲਾ ਕੇ ਰੱਖੋ ਜਿੱਥੇ ਤੁਹਾਨੂੰ ਸਾਫ਼ ਹੈ ਉੱਥੇ ਰੱਖ ਲਿਆ। ਤਨਜ਼ੀਮੀ ਲੈਵਲ 'ਤੇ ਵੀ ਬਹੁਤ ਚੈੱਕ ਹੁੰਦਾ ਹੈ। ਅੱਜ ਗੁਫ਼ਤ ਵੀ ਚੱਲ ਰਹੀ ਸੀ ਗਰੁੱਪ 'ਚ, ਕਹਿੰਦੇ ਚੈੱਕ ਕਰੋ ਜਿਹੜੇ ਸਿਰਫ ਨੰਬਰ ਬਣਾਉਂਦੇ ਨੇ। ਇੱਧਰ ਇਸ਼ੂ ਨਾ ਬਣ ਜਾਵੇ ਫਿਰ। ناظرین و حاضرین، یہ حجامہ جو سنت نبوی ہے، اس کی شفا ہی شفا ہے، کیونکہ سنت میں برکت ہے۔ یہ وہ علاج ہے جو نبی پاک صلی اللہ علیہ وسلم اپنے ہاتھوں مبارک سے خود کرتے تھے۔ ਭਾਈ ਹਿੱਲਣਾ, ਇਹ ਸਾਫ ਕਰਵਾ ਰਹੇ ਹੈ ਕੋਲੈਸਟ੍ਰੋਲ ਔਰ ਬਲੱਡ ਪ੍ਰੈਸ਼ਰ ਕੇ ਲੀਏ ਹਜਾਮਾ। ਕੈਸੀ ਤਬੀਅਤ ਹੈ ਭਾਈ ਫਰਹਾਨ ਆਪਕੀ? ਸਰ ਇਹ ਜਮਾ ਹੁਆ ਖੂਨ ਖੂਨ ਵਾਹ ਭਾਈ ਗਾੜਾ ਹੋਇਆ ਹੋਇਆ। ਹੁਣ ਗਰਦਨ ਚੇਂਜ ਕਰ ਲਓ ਭਾਈ, ਜਿੱਦਾਂ ਮਰਜ਼ੀ ਉਹਨੂੰ ਕਰ ਲਓ। ਖੁਜਲੀ ਹੋ ਰਹੀ ਹੈ,
ਅੱਛਾ ਸਟੇਟ ਕਰਕੇ ਡਿਸਟਰਬ ਪਾਣੀ ਕਰ ਜੀ ਰੋਜ਼ ਆਗੇ ਆਏਗੇ ਆਪਕੋ ਨਾ ਜੀ ਫੋਨ ਨਜ਼ਰ ਆ ਜਾਏਗਾ ਹਾਲੇ ਕਾਫੀ ਗਾੜਾ ਹੈਗਾ ਨਾ ਹਾਂ ਇਸ ਕਰਕੇ ਬਹੁਤ ਗਾੜਾ ਹੈ ਕੋਈ ਨਿਕਲਦਾ ਨਹੀਂ ਪਿਆ ਫੈਸਲਾ ਹੋ ਚੁੱਕਿਆ ਲੰਘ ਫਿਰ ਮਾਹੌਲ ਗਰਮ ਹੋ ਗਿਆ ਫੋਟੋ ਲੱਤਾਂ ਦਰਦ ਹੋ ਰਹੀਆਂ ਕੁਦਰਤ ਤਿਆਰ ਹੋ ਗਿਆ ਜਿਹੜਾ ਅਦਾਲਤ ਪੇਸ਼ ਹੋ ਗਿਆ ਵੀ ਚੰਗਾ ਹੋ ਗਿਆ ਦੋ ਤਿੰਨ ਦਫ਼ਾ ਕਰਵਾ ਲਵੇ ਹਜਾਮਾ ਇਜ਼ੀ ਹੋ ਜਾਊਗਾ ਸ਼ਹਿਰ ਹੀ ਨਿਕਲ ਨਹੀਂ ਗਾੜਾ ਵੇਖ ਕਿੰਨਾ ਯਾਰ ਥੋੜਾ ਹੀ ਹੈ ਭਰ ਕੇ ਨਿਕਲਣਾ ਚਾਹੀਦਾ ਥੋੜਾ ਤੁਸੀਂ ਆਪਣਾ ਕਿਰਾਏ ਦੇਣਾ ਸੀ ਕਹਿੰਦੇ ਨਿਕਲ ਸਹੀ ਉਹ ਜਿਸ ਤਰ੍ਹਾਂ ਨਾ ਜੈਲੀ ਟਾਈਪ ਨਹੀਂ ਨਿਕਲਦਾ ਵੈਸੇ ਕਿੰਨੀ ਕੁ ਦੇਰ ਬਾਅਦ ਕਰਵਾ ਦੇਣਾ ਚਾਹੀਦਾ ਫਿਰ ਇੱਕ ਵਾਰੀ ਇੱਕ ਮਹੀਨੇ ਬਾਅਦ ਚਲੋ ਜੀ ਹਾਂਜੀ ਭਾਈ ਜਾਨ ਰਿਲੈਕਸ ਹੋਵੇ
ਹੈ